ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਡੂ ਸਿੰਘ ਖਾਲਸਾ ਕੈਨੇਡਾ ਦੇ ਸ਼ਹਿਰ ਸਰੀ ਤੋਂ। ਦੋਸਤੋ ਮੈਂ ਇੱਕ ਹੁਣੇ ਹੁਣੇ ਵੀਡੀਓ ਦੇਖੀ ਆ, ਜਿਹੜਾ ਬਠਿੰਡੇ ਤੋਂ ਖੜਾ ਜਿਹੜਾ ਰਾਜਾ ਬੜਿੰਗ ਕਰਕੇ ਕੋਈ ਬੰਦਾ ਹੈਗਾ ਵਾ, ਉਹਦੀ ਵੀਡੀਓ ਦੇਖੀ ਆ। ਉਹ ਇੰਨੀ ਕੁ ਜ਼ਿਆਦਾ ਉਹਦੇ ਵਿੱਚ ਜਿਹੜੀ ਆ ਨਾ ਨਫ਼ਰਤ ਫੈਲਾ ਰਿਹਾ ਆਪਣੀ ਰੈਲੀ ਦੇ ਵਿੱਚ, ਇੰਨੀ ਕੁ ਜ਼ਿਆਦਾ ਵੀ ਲੱਗਦਾ ਵੀ ਉਹਨੇ ਮੌਕੇ ਦੇ ਉੱਤੇ ਹੀ ਉਹਨੇ ਜਿਹੜੇ ਦੰਗੇ ਕਰਾ ਦੇਣੇ ਆ। ਉਹ ਮੈਂ ਉਹ ਵੀਰ ਨੂੰ ਕਹਿੰਦਾ, ਉਹ ਵੀਰ ਵੋਟਾਂ ਵਾਟਾਂ ਦੇ ਰਹਿ ਗਈਆਂ ਇੱਕ ਸਾਈਡ ਦੇ ਉੱਤੇ, ਉਹ ਘੱਟੋ ਘੱਟ ਪਿਆਰ ਮੁਹੱਬਤ ਦਾ ਕੋਈ ਮੈਸੇਜ ਦੇ। ਇਹ ਵੋਟਾਂ ਜਿਹੜੀਆਂ ਇਹ ਸਿਰਫ ਥੋੜਿਆਂ ਦਿਨਾਂ ਦਾ ਚੱਕਰ ਆ। ਇਹ ਬੋਲਦਾ ਪਿਆ ਉੱਥੇ ਵੀ ਜਦੋਂ ਪਹਿਲਾ ਟਾਈਮ ਹੈਗਾ ਉਦੋਂ ਕੱਢ ਕੱਢ ਕੇ ਬੱਸਾਂ ਦੇ ਵਿੱਚੋਂ ਹਿੰਦੂਆਂ ਨੂੰ ਮਾਰਿਆ ਜਾਂਦਾ ਸੀ। ਉਹ ਵੀਰ ਉਹ ਜਿਹੜਾ ਅੱਤਵਾਦ ਸੀ ਨਾ, ਉਹ ਤੁਹਾਡੇ ਵਰਗੇ ਲੋਕਾਂ ਨੇ, ਜਿਹੜੇ ਕਮੀਨੇ ਲੋਕਾਂ ਨੇ ਬਣਾਇਆ ਹੋਇਆ ਹੈਗਾ। ਜਿਹੜਾ ਪੂਲਾ ਸੀ ਉਹ ਕਿਹਨਾਂ ਵੱਲੋਂ ਪੈਦਾ ਕੀਤਾ ਹੋਇਆ ਸੀ? ਉਹ ਤੁਹਾਡੇ ਵੱਲੋਂ ਜਿਹੜਾ ਨਾ ਉਹ ਪੈਦਾ ਕੀਤਾ ਹੋਇਆ ਸੀਗਾ, ਠੀਕ ਹੈ ਨਾ। ਉਹ ਹਟ ਜਾ ਇਹੋ ਜਿਹੀਆਂ ਕਮੀਨੀਆਂ ਗੱਲਾਂ ਨਾ ਕਰੋ। ਉਹ ਮੇਰੀ ਗੱਲ ਸੁਣ, ਹਿੰਦੂ ਸਿੱਖਾਂ ਦਾ ਜਿਹੜਾ ਰਿਸ਼ਤਾ ਨਾ ਉਹ 9 ਮਾਸ ਦਾ ਰਿਸ਼ਤਾ ਵਾ। ਪਤਾ ਜਦੋਂ ਦਿੱਲੀ ਦੇ ਵਿੱਚ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਾ ਕੇ ਜਦੋਂ ਆਪਣਾ ਸੀਸ ਦਿੱਤਾ ਸੀ ਤੇ ਸਾਰਾ ਪਰਿਵਾਰ ਜਿਹੜਾ ਉਹਨਾਂ ਨੇ ਇਸ ਹਿੰਦੂ ਜਿਹੜਾ ਵਾ ਉਹ ਇਨਸਾਨੀਅਤ ਵਾਸਤੇ ਉਹਨਾਂ ਨੇ ਜਿਹੜਾ ਉਹ ਕੁਰਬਾਨ ਕਰ ਦਿੱਤਾ ਸੀਗਾ। ਸੋ ਇਸ ਕਰਕੇ ਨਾ ਜਾ ਕੇ ਜੇ ਤੈਨੂੰ ਨਹੀਂ ਹੈਗਾ ਨਾ ਤੇ ਪੁੱਛ ਲਈ ਜਾ ਕੇ ਸਾਹਿਬ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਭਾਈ ਜੁਗਰਾਜ ਸਿੰਘ ਤੂਫਾਨ ਦੇ ਬਾਰੇ ਜਾ ਕੇ ਪੁੱਛ ਲਵੀ। ਸੋ ਏਦਾਂ ਦੀਆਂ ਹਰਕਤਾਂ ਨਾ ਕਰੋ। ਮੈਂ ਇੱਥੇ ਜਿਹੜਾ ਉਹਦੀ ਵਾਈਫ ਆ ਨਾ ਭੈਣ ਜਿਹੜੀ ਅੰਮ੍ਰਿਤਾ ਬੜਿੰਗ, ਮੈਂ ਉਹਨੂੰ ਕਹਿੰਦਾ ਵਾ, ਭੈਣ ਮੈਂ ਤੇਰੀਆਂ 2-3 ਸਪੀਚਾਂ ਸੁਣੀਆਂ, ਬਹੁਤ ਸੋਹਣਾ ਤੂੰ ਬੋਲਦੀ ਆ, ਇਹਨੂੰ ਨਾ ਨੱਥ ਪਾ, ਇਹਨੂੰ ਸੰਗਲੀ ਪਾ ਕੇ ਘਰ ਰੱਖ, ਇਹ ਤੇਰੇ ਬੰਦੇ ਨੇ ਨਾ ਇਹਨੂੰ ਕਤਲੇਆਮ ਇਹਨੂੰ ਦੰਗੇ ਕਰਾ ਦੇਣੇ ਆ। ਸੋ ਬਹੁਤ ਮਾੜੀ ਗੱਲ ਆ। ਨਾਲੇ ਜਿਹੜੇ ਉੱਥੇ ਜਿਹੜੇ ਬੈਠੇ ਆ ਬੰਦੇ ਬੈਠੇ ਨਾ ਸਰਦਾਰ, ਜਿਹੜੀਆਂ ਪੱਗਾਂ ਬੰਨ ਕੇ ਬੈਠੇ ਆ, ਉਹ ਤੁਹਾਨੂੰ ਸਮਝ ਨਹੀਂ ਆਉਂਦੀ ਕੋਈ ਇਹੋ ਜਿਹੇ ਦਾ ਕੀ ਪਤਾ ਹੁੰਦਾ ਵਾ ਵੀ ਵਿੱਚੋਂ ਇਹ ਭੜਕਾ ਕੇ ਤੇ ਉੱਥੇ ਹੀ ਲੋਕਾਂ ਨੂੰ ਤੁਹਾਡੇ ਗਲ ਪਵਾ ਦੇਵੇ, ਉੱਥੇ ਤੁਹਾਡੀਆਂ ਪੱਗਾਂ ਪੁੱਗਾਂ ਤੁਹਾਡੀਆਂ ਦਾੜੀਆਂ ਦੂੜੀਆਂ ਜਿਹੜੀਆਂ ਇਹ ਉੱਥੇ ਹੀ ਖਿਲਰਵਾ ਦੇ। ਇਹਦਾ ਕੀ ਜਾਣਾ, ਇਹਨਾਂ ਦੇ ਚੁੱਪ ਕਰਕੇ ਇਹਨਾਂ ਘਰੇ ਬਹਿ ਕੇ ਚਲ ਜਾਣਾ ਵਾ। ਹਿੰਦੂ ਵੀਰ ਜਿਹੜੇ ਆ ਬਹੁਤ ਸਿਆਣੇ ਆ, ਸਾਰੇ ਜਿਹੜੇ ਆ ਉਹ ਸਮਝਦੇ ਆ ਇਹਨਾਂ ਚੀਜ਼ਾਂ ਨੂੰ। ਜੋ ਇਨਸਾਫ ਪਸੰਦ ਲੋਕ ਆ ਨਾ ਉਹ ਇਹਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ। ਸੋ ਮੇਰੀ ਅਪੀਲ ਆ ਵੀਰੋ, ਇਹੋ ਜਿਹੇ ਬੰਦੇ ਨੂੰ ਨਾ ਜਿਹੜਾ ਇਹਨੂੰ ਮੂੰਹ ਨਾ ਲਾਓ, ਇਹਨੂੰ ਹਰਾਓ। ਇਹੋ ਜਿਹਿਆਂ ਦੇ ਆ ਕਰਕੇ ਹੀ ਅੱਗੇ ਜਿਹੜਾ ਵਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ ਭੜਕਾਊ ਬਿਆਨ ਦੇ ਕੇ ਜਿਹੜਾ ਵਾ। ਸੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਇਹਨੂੰ ਫੈਲਾਇਓ ਤੇ ਇਹੋ ਜਿਹੇ ਚਵਲ ਬੰਦੇ ਨੂੰ, ਇਹੋ ਜਿਹੇ ਕਮੀਨੇ ਬੰਦੇ ਨੂੰ ਇਹਦੀ ਔਕਾਤ ਦੱਸ ਦਿਓ ਜਿਹੜੀ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।